ਡਰਾਈਵਿੰਗ ਕਰਨ ਦਾ ਸ਼ੌਂਕ ਤਾਂ ਹਰ ਕੋਈ ਰੱਖਦਾ ਹੈ ਅਤੇ ਡਰਾਈਵਿੰਗ ਕਰਨਾ ਹਰ ਕਿਸੇ ਨੂੰ ਪਸੰਦ ਵੀ ਹੈ ਅਤੇ ਹਰ ਕੋਈ ਇਹ ਵੀ ਜਾਣਦਾ ਕਿ ਇੱਕ ਡਰਾਈਵਰ ਵਾਸਤੇ ਜਾਂ ਡਰਾਈਵਿੰਗ ਕਰਦੇ ਸਮੇਂ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਕਿੰਨਾ ਕੁ ਜ਼ਰੂਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਜਿਹੜਾ ਲਾਇਸੈਂਸ ਤੁਹਾਡੇ ਹੱਥ ਦੇ ਵਿੱਚ ਹੈ ਉਸੇ ਹੀ ਲਾਇਸੈਂਸ ਨੂੰ ਲੈ ਕੇ ਤੁਸੀਂ ਕਿਸੇ ਵੀ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਜਾ ਕੇ ਆਪਣੀ ਗੱਡੀ ਚਲਾ ਸਕਦੇ ਹੋ। ਜੇਕਰ ਨਹੀਂ ਜਾਣਦੇ ਤਾਂ ਅੱਜ ਦੀ ਇਸ ਪੂਰੀ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਬਰੀਕੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਦੱਸਾਂਗੇ ਕਿ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ, ਨਾਮ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ਾਂ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਹੱਥਾਂ ਦੇ ਵਿੱਚ ਲਾਇਸੈਂਸ ਹੈ ਉਹਨਾਂ ਨੂੰ ਲੈ ਕੇ ਜਾ ਕੇ ਉੱਥੇ ਡਰਾਈਵਿੰਗ ਕਰ ਸਕਦੇ ਹੋ। ਵੀਡੀਓ ਦੇ ਆਖਿਰ ਤੱਕ ਜ਼ਰੂਰ ਜੁੜੇ ਰਹੋ ਅਤੇ ਜੇਕਰ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਅਤੇ ਬੈੱਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ। ਆਓ ਕਰਦੇ ਹਾਂ ਪੂਰੀ ਗੱਲਬਾਤ। ਤਾਂ ਜੇਕਰ ਤੁਹਾਡੇ ਕੋਲ ਵੀ ਹੈ ਭਾਰਤ ਦਾ ਡਰਾਈਵਿੰਗ ਲਾਇਸੈਂਸ ਤਾਂ ਤੁਸੀਂ ਇਸ ਵੀਡੀਓ ਦੇ ਆਖਿਰ ਤੱਕ ਜ਼ਰੂਰ ਜੁੜੇ ਰਹੋ ਕਿਉਂਕਿ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਤੁਹਾਡਾ ਭਾਰਤ ਦਾ ਲਾਇਸੈਂਸ ਜਿਹੜਾ ਚੱਲ ਸਕਦਾ ਇਸ ਬਾਰੇ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲੱਗਿਆ। ਵੈਸੇ ਤਾਂ ਕਿਸੇ ਵੀ ਵਾਹਨ ਨੂੰ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਪਰ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਇਸ ਭਾਰਤ ਦੇ ਲਾਇਸੈਂਸ ਦੇ ਨਾਲ ਗੱਡੀ ਚਲਾ ਸਕਦੇ ਹੋ। ਆਓ ਪੂਰੀ ਜਾਣਕਾਰੀ ਦੇਖਦੇ ਹਾਂ। ਦਰਅਸਲ ਡਰਾਈਵਿੰਗ ਲਾਇਸੈਂਸ ਦੁਨੀਆ ਦੇ 15 ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਵਰਤ ਸਕਦੇ ਹੋ, ਭਾਵ ਭਾਰਤ ਦਾ ਜੋ ਡਰਾਈਵਿੰਗ ਲਾਇਸੈਂਸ ਹੈ ਦੇਸ਼ 'ਤੇ, ਯਾਨੀ ਕਿ 15 ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਇਸ ਨੂੰ ਵਰਤ ਸਕਦੇ ਹੋ ਅਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਡਰਾਈਵਿੰਗ ਜਿਹੜੀ ਹੈ ਕਰ ਸਕਦੇ ਹੋ। ਉਹਨਾਂ ਦੇ ਵਿੱਚ ਇੱਕ ਨਾਮ ਹੈ ਅਮਰੀਕਾ ਦਾ, ਜਿੱਥੇ ਕਿ ਭਾਰਤ ਦਾ ਜਿਹੜਾ ਲਾਇਸੈਂਸ ਹੈ ਉੱਥੇ ਚੱਲ ਸਕਦਾ, ਉੱਥੇ ਜਾ ਕੇ ਤੁਸੀਂ ਭਾਰਤ ਦੇ ਹੀ ਲਾਇਸੈਂਸ ਦੇ ਉੱਪਰ ਗੱਡੀ ਚਲਾ ਸਕਦੇ ਹੋ। ਕੈਨੇਡਾ ਦੇ ਵਿੱਚ ਵੀ ਤੁਸੀਂ ਭਾਰਤ ਦੇ ਹੀ ਲਾਇਸੈਂਸ ਦੇ ਨਾਲ ਗੱਡੀ ਜਿਹੜੀ ਹੈ ਚਲਾ ਸਕਦੇ ਹੋ। ਜਰਮਨੀ ਦੇ ਵਿੱਚ ਵੀ ਤੁਸੀਂ ਜਾ ਕੇ ਆਪਣੇ ਭਾਰਤੀ ਲਾਇਸੈਂਸ ਦੇ ਨਾਲ ਗੱਡੀ ਚਲਾ ਸਕਦੇ ਹੋ, ਉਹ ਵੀ ਸਿਰਫ 6 ਮਹੀਨਿਆਂ ਤੱਕ। ਫਿਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਵਾਲਾ ਲਾਇਸੈਂਸ ਜਿਹੜਾ ਬਣਵਾਉਣਾ ਪਵੇਗਾ, ਭਾਵ 6 ਮਹੀਨੇ ਬਾਅਦ ਤੁਸੀਂ ਦੂਜਾ ਲਾਇਸੈਂਸ ਜਿਹੜਾ ਬਣਾ ਸਕਦੇ ਹੋ। ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ 3 ਮਹੀਨੇ, ਹੋਂਗਕੋਂਗ ਦੇ ਵਿੱਚ ਵੀ, ਸਵੀਡਨ ਦੇ ਵਿੱਚ ਵੀ, ਫਿਨਲੈਂਡ, ਸਵਿਟਜ਼ਰਲੈਂਡ, ਯੂਕੇ ਅਤੇ ਨਿਊਜ਼ੀਲੈਂਡ ਦੇ ਵਿੱਚ 1-1 ਸਾਲ ਤੱਕ ਤੁਸੀਂ ਜਿਹੜਾ ਇੱਥੇ ਡਰਾਈਵਿੰਗ ਇਸੇ ਹੀ ਲਾਇਸੈਂਸ ਦੇ ਉੱਪਰ ਕਰ ਸਕਦੇ ਹੋ। ਇੰਨਾ ਹੀ ਨਹੀਂ ਬਲਕਿ ਸਾਊਥ ਅਫਰੀਕਾ, ਮਲੇਸ਼ੀਆ ਅਤੇ ਭੂਟਾਨ ਦੇ ਵਿੱਚ ਭਾਰਤੀ ਡਰਾਈਵਿੰਗ ਲਾਇਸੈਂਸ ਜਿਹੜਾ ਮਾਨਤਾ ਪ੍ਰਾਪਤ ਹੈ, ਤੁਸੀਂ ਉੱਥੇ ਜਾ ਕੇ ਵੀ 1 ਸਾਲ ਤੱਕ ਭਾਰਤ ਦੇ ਹੀ ਲਾਇਸੈਂਸ ਦੇ ਨਾਲ ਗੱਡੀ ਚਲਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਆਪਣਾ ਨਵਾਂ ਲਾਇਸੈਂਸ ਉਸ ਦੇਸ਼ ਦੇ ਮੁਤਾਬਿਕ ਬਣਾ ਲਵੋ। ਤਾਂ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਜਾ ਕੇ ਭਾਰਤ ਦੇ ਹੀ ਲਾਇਸੈਂਸ ਦੇ ਉੱਪਰ ਜਾ ਕੇ ਡਰਾਈਵਰੀ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਜਿਹੜਾ ਉੱਥੇ ਨਹੀਂ ਰੋਕ ਸਕੇਗਾ। ਅਤੇ ਜੇਕਰ ਤੁਹਾਡੇ ਕੋਲ ਵੀ ਭਾਰਤ ਦਾ ਲਾਇਸੈਂਸ ਹੈ ਤਾਂ ਤੁਸੀਂ ਹੁਣੇ ਹੀ ਦੇਸ਼ਾਂ ਦੇ ਵਿੱਚ ਜਾ ਕੇ ਡਰਾਈਵਰੀ ਕਰ ਸਕਦੇ ਹੋ, ਅਪਲਾਈ ਕਰ ਸਕਦੇ ਹੋ ਅਤੇ ਚੰਗਾ ਮੋਟਾ ਪੈਸਾ ਵੀ ਕਮਾ ਸਕਦੇ ਹੋ। ਤਾਂ ਜੇਕਰ ਤੁਹਾਡੇ ਕੋਲ ਵੀ ਇੱਕ ਚੰਗਾ ਲਾਇਸੈਂਸ ਹੈ ਤਾਂ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਡਰਾਈਵਰੀ ਕਰ ਸਕਦੇ ਹੋ। ਤੁਹਾਡੇ ਲਾਇਸੈਂਸ ਨੂੰ ਉੱਥੇ ਜਾ ਕੇ ਮਾਨਤਾ ਮਿਲ ਜਾਵੇਗੀ, ਤੁਸੀਂ ਕਿਤੇ ਵੀ ਜਾ ਕੇ ਡਰਾਈਵਰੀ ਕਰੋਗੇ, ਤੁਹਾਨੂੰ ਕੋਈ ਵੀ ਜਿਹੜਾ ਨਹੀਂ ਰੋਕ ਸਕਦਾ। ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਜੋ ਅਜਿਹੀ ਜਾਣਕਾਰੀ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ।